ਜਿਵੇਂ ਕਿ ਤੁਹਾਨੂੰ ਪਤਾ ਹੈ ਜੇਲ੍ਹ ਵਾਰਡਰ ਦੀ ਜਿਹੜੀ ਫਾਈਨਲ ਮੈਰਿਟ ਲਿਸਟ ਉਹ ਜਾਰੀ ਹੋ ਚੁੱਕੀ ਹੈ ਅਤੇ 40% ਜਿੰਨਾ ਵੀ ਕੈਂਡੀਡੇਟ ਦੇ ਨੰਬਰ ਬਣਦੇ ਨੇ, ਤੁਸੀਂ ਇੱਥੇ ਨੋਟ ਕਰ ਸਕਦੇ ਹੋ, 40% ਜਿੰਨਾ ਵੀ ਕੈਂਡੀਡੇਟ ਦੇ ਨੰਬਰ ਬਣੇ ਨੇ ਉਹਨਾਂ ਨੂੰ ਸਰੀਰਕ ਮਾਪ ਟੈਸਟ ਅਤੇ ਯੋਗਿਤਾ ਟੈਸਟ ਲਈ ਬੁਲਾਇਆ ਗਿਆ ਹੈ। ਅਤੇ ਇੱਥੇ ਇਹਨਾਂ ਨੇ ਡੇਟ ਵੀ ਮੈਂਸ਼ਨ ਕੀਤੀ ਹੋਈ ਹੈ, 9 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਜਿਹੜਾ ਇਹ ਫਿਜ਼ੀਕਲ ਮੈਜ਼ੂਰਮੈਂਟ ਟੈਸਟ ਅਤੇ ਫਿਜ਼ੀਕਲ ਐਫੀਸ਼ੈਂਸੀ ਟੈਸਟ ਲਿਆ ਜਾਵੇਗਾ। ਅਤੇ ਕਿੱਥੇ ਲਿਆ ਜਾਵੇਗਾ? ਸਪੋਰਟ ਕੰਪਲੈਕਸ ਸੈਕਟਰ 7 ਚੰਡੀਗੜ੍ਹ ਵਿਖੇ ਤੁਹਾਡਾ ਇਹ ਫਿਜ਼ੀਕਲ ਟੈਸਟ ਲਿਆ ਜਾਵੇਗਾ। ਫਿਜ਼ੀਕਲ ਟੈਸਟ ਵਾਸਤੇ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਗੱਲਾਂ ਤੁਸੀਂ ਧਿਆਨ ਵਿੱਚ ਰੱਖਿਓ ਕਿ ਤੁਹਾਡੇ ਕੋਲ ਤਾਜ਼ਾ ਰੰਗਦਾਰ ਫੋਟੋ, ਆਪਣੀ ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਹੈ, ਐਡਮਿਟ ਕਾਰਡ ਅਤੇ ਆਧਾਰ ਕਾਰਡ ਜਾਂ ਮਤਲਬ ਇਹਦੀ ਆਈਡੀ ਪਰੂਫ, ਸ਼ਨਾਖਤੀ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਵੋਟਰ ਕਾਰਡ, ਇਹਨਾਂ ਵਿੱਚ ਕੋਈ ਵੀ ਇੱਕ ਪਰੂਫ ਤੁਹਾਡੇ ਕੋਲ ਓਰੀਜਨਲ ਹੋਣਾ ਚਾਹੀਦਾ ਹੈ। ਫਿਜ਼ੀਕਲ ਐਫੀਸ਼ੈਂਸੀ ਟੈਸਟ ਲਈ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ ਜੋ ਹਲੇ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ 'ਤੇ ਤੁਹਾਨੂੰ ਮਿਲ ਜਾਣਗੇ, ਬਟ ਹਲੇ ਇਹਨਾਂ ਨੇ ਅਪਲੋਡ ਨਹੀਂ ਕੀਤੇ ਹੈ। 1-2 ਦਿਨਾਂ ਦੇ ਅੰਦਰ ਅੰਦਰ ਜਿਹੜੇ ਕਿ ਤੁਹਾਡੇ ਇਹ ਫਿਜ਼ੀਕਲ ਮੈਜ਼ੂਰਮੈਂਟ ਟੈਸਟ ਲਈ ਐਡਮਿਟ ਕਾਰਡ ਵੀ ਡਾਊਨਲੋਡ ਹੋਣਾ ਸਟਾਰਟ ਹੋ ਜਾਣਗੇ। ਇਸ ਤੋਂ ਇਲਾਵਾ ਜੋ ਵੀ ਐਕਸ ਸਰਵਿਸ ਮੈਨ ਨੇ ਉਹਨਾਂ ਦਾ ਉਹਨਾਂ ਨੂੰ ਬੁਲਾਇਆ ਗਿਆ ਜੀ ਫਿਜ਼ੀਕਲ ਫਿਟਨੈਸ ਟੈਸਟ ਵਾਸਤੇ, ਉਹਨਾਂ ਨੂੰ ਆਪਣੇ ਜਿਹੜੇ ਡਿਪਾਰਟਮੈਂਟ ਵੱਲੋਂ ਇੱਕ ਅਥੋਰਟੀ ਵੱਲੋਂ ਜਾਰੀ ਕੀਤਾ ਹੋਇਆ ਦਸਤਾਵੇਜ਼ ਦਾ ਸਬੂਤ ਲੈ ਕੇ ਜਾਣਾ ਪਵੇਗਾ ਕਿ ਮੈਂ ਇਸ ਡਿਪਾਰਟਮੈਂਟ ਵਿੱਚ ਆਪਣੀ ਡਿਊਟੀ ਦਿੱਤੀ ਸੀ ਅਤੇ ਇਸ ਵਿੱਚੋਂ ਮੈਂ ਰਿਟਾਇਰ ਹੋ ਕੇ ਇੱਧਰ ਇਗਜ਼ਾਮ ਦੇਣ ਆਇਆ ਹਾਂ। ਬਾਕੀ ਇਸ ਤੋਂ ਇਲਾਵਾ ਹੋਰ ਕੋਈ ਜ਼ਿਆਦਾ ਇੰਪੋਰਟੈਂਟ ਗੱਲਾਂ ਨਹੀਂ ਇਸ ਵਿੱਚ। ਬਾਕੀ ਨੀਚੇ ਇਹਨਾਂ ਨੇ ਮੈਰਿਟ ਲਿਸਟ ਦੀ ਪੂਰੀ ਸੂਚੀ ਵੀ ਤਿਆਰ ਕੀਤੀ ਹੋਈ ਹੈ ਕਿ ਜਨਰਲ ਕੈਟੇਗਰੀ ਦੀ ਕਿੰਨੀ, ਐਸਸੀ ਕੈਟੇਗਰੀ ਦੀ ਕਿੰਨੀ, ਤੁਸੀਂ ਇਸਨੂੰ ਵੀ ਚੰਗੀ ਤਰ੍ਹਾਂ ਰੀਡ ਕਰਕੇ ਇੱਕ ਵਾਰੀ ਧਿਆਨ ਨਾਲ ਸਮਝ ਲਿਓ। ਇਸਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੰਦਾ। ਐਂਡ ਕਾਫੀ ਬੱਚੇ ਕਹਿ ਰਹੇ ਸੀ ਕਿ ਸਾਡਾ ਸ਼ੋਟ ਪੁੱਟ ਦੀ ਤਿਆਰੀ ਚੰਗੀ ਤਰ੍ਹਾਂ ਨਹੀਂ ਹੋਈ ਜਾਂ ਰੋਪ ਕਲਾਈਮਿੰਗ ਦੀ ਤਿਆਰੀ ਚੰਗੀ ਤਰ੍ਹਾਂ ਨਹੀਂ ਹੋਈ। ਹਾਲੇ ਵੀ 4-5 ਦਿਨ ਆਪਣੇ ਕੋਲ ਹੈ। ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਸ਼ੋਟ ਪੁੱਟ ਦਾ ਅਤੇ ਰੋਪ ਦਾ ਜਿਹੜਾ ਲਿੰਕ ਦੇ ਦਿੱਤਾ ਹੈ ਉੱਥੋਂ ਜਾ ਕੇ ਉਸਨੂੰ ਬਾਏ ਕਰ ਲਓ। 2 ਦਿਨਾਂ ਵਿੱਚ ਤੁਹਾਡੇ ਘਰ ਪਹੁੰਚ ਜਾਵੇਗਾ ਅਤੇ ਦੋ ਤਿੰਨ ਦਿਨ ਜੇ ਤੁਸੀਂ 4-5 ਘੰਟੇ ਤਿਆਰੀ ਕਰ ਲਓਗੇ ਤਾਂ ਕਾਫੀ ਹੱਦ ਤੱਕ ਤੁਹਾਡੇ ਲਈ ਇਹ ਬੈਨੀਫਿਸ਼ੀਅਲ ਸਾਬਿਤ ਹੋਵੇਗਾ। ਦੋਸਤੋ ਇਸ ਰਿਗਾਰਡਿੰਗ ਜੇ ਹੋਰ ਕੋਈ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰਾਮ ID ਨੰਬਰ ਹੈ, ਇਸ 'ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ।